ਬਠਿੰਡਾ ਦੇ ਟੀਚਰ ਹੋਮ ਵਿਖੇ ਅੱਜ ਕਿਸਾਨ ਸੰਘਰਸ਼ ਸਮਰਥਨ ਕਮੇਟੀ ਦੀ ਮੀਟਿੰਗ ਕੀਤੀ ਗਈ। ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਇਸ ਵਿੱਚ ਮੁਲਾਜ਼ਮ, ਮਜ਼ਦੂਰ, ਕਿਸਾਨ, ਦੁਕਾਨਦਾਰ ਅਤੇ ਕਲੱਬਾਂ ਵੱਲੋਂ ਇਕੱਠੇ ਹੋ ਕੇ ਕਿਸਾਨਾਂ ਦੇ 8 ਦਸੰਬਰ ਦੇ ਬੰਦ ਦੀ ਕਾਲ ਨੂੰ ਪੂਰਨ ਸਮਰਥਨ ਦੇਣ ਲਈ ਸਾਡੇ ਵੱਲੋਂ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਲੀਫਲੈਂਟ ਵੀ ਵੰਡੇ ਜਾ ਰਹੇ ਹਨ ਤਾਂ ਜੋ 8 ਦਸੰਬਰ ਦੇ ਭਾਰਤ ਬੰਦ ਨੂੰ ਪੂਰਨ ਬਹੁਮਤ ਮਿਲੇ ਅਤੇ ਕਿਸਾਨ ਵੀਰਾਂ ਨੂੰ ਹੌਸਲਾ ਵਧੇ ਅਤੇ ਇਸ ਦਬਾਅ ਹੇਠ ਆ ਕੇ ਕੇਂਦਰ ਦੀ ਸਰਕਾਰ ਇਹਨਾਂ ਬਿੱਲਾਂ 'ਤੇ ਵਿਚਾਰ ਕਰਕੇ ਵਾਪਸ ਕਰੇ। ਅੱਜ ਦੀ ਜੋ ਮੀਟਿੰਗ ਹੈ ਉਹ ਜੋ ਭਾਰਤ ਬੰਦ ਦੀ ਸਾਡੀਆਂ ਕਿਸਾਨ ਜਥੇਬੰਦੀਆਂ ਦੀ ਦਿੱਲੀ ਵਿਖੇ ਜੋ ਸੰਘਰਸ਼ ਕਰ ਰਹੀਆਂ ਕਾਲ ਆਈ ਹੈ ਉਸ ਕਾਲ ਨੂੰ ਸ਼ਹਿਰੀ ਖੇਤਰ ਦੇ ਵਿੱਚ ਲਾਗੂ ਕਰਨ ਵਾਸਤੇ ਅਸੀਂ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਅਲੱਗ ਅਲੱਗ ਮੁਲਾਜ਼ਮ, ਮਜ਼ਦੂਰ, ਕਿਸਾਨ ਅਤੇ ਸ਼ਹਿਰੀ ਖੇਤਰ ਦੀਆਂ ਜਥੇਬੰਦੀਆਂ ਅਤੇ ਕਲੱਬ ਜਿਹੜੇ ਵੀ ਇਸ ਗੱਲ ਨੂੰ ਠੀਕ ਸਮਝਦੇ ਆ, ਇਹ ਸਮਝ ਵਾਲੇ ਨੇ, ਉਹਨਾਂ ਦੀ ਅਸੀਂ ਮੀਟਿੰਗ ਕੀਤੀ ਹੈ। ਉਹ ਮੀਟਿੰਗ ਅਸੀਂ ਕਿਸਾਨ ਸੰਘਰਸ਼ ਸਮਰਥਨ ਕਮੇਟੀ ਦੇ ਨਾਂ ਹੇਠ ਕੀਤੀ ਹੈ। ਸਾਡਾ ਜਿਹੜਾ ਮਕਸਦ ਹੈ ਕਿ ਸ਼ਹਿਰੀ ਹਿੱਸਾ ਜਿਹੜਾ ਹੈਗਾ ਉਹਨੂੰ ਕਿਵੇਂ ਇਸ ਸਟਰਗਲ ਦੇ ਨਾਲ ਜੋੜਿਆ ਜਾਵੇ, ਉਸ ਵਾਸਤੇ ਅਸੀਂ 8 ਤਰੀਕ ਨੂੰ ਇਹ ਅਪੀਲ ਸਾਰਿਆਂ ਕੋਲ ਲੈ ਕੇ ਜਾਵਾਂਗੇ, ਕਿਉਂਕਿ ਕਿਸਾਨ ਸੰਘਰਸ਼ ਸਮਰਥਨ ਕਮੇਟੀ ਇਹ ਸਮਝ ਰੱਖਦੀ ਹੈ ਕਿ ਹੁਣ ਜਦੋਂ ਇਹ ਲੜਾਈ ਕਿਸਾਨਾਂ ਦੀ ਭਖੀ ਹੋਈ ਹੈ, ਇਸ ਦੌਰਾਨ ਜਿਹੜੇ ਬਾਕੀ ਤਬਕੇ ਆ ਉਹਨਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਵੀ ਆਪਣੇ ਮੁੱਦਿਆਂ ਨੂੰ ਪੂਰੇ ਜ਼ੋਰ ਨਾਲ ਉਭਾਰਨਾ ਚਾਹੀਦਾ ਹੈ। ਉਹਨਾਂ ਮੁੱਦਿਆਂ 'ਤੇ ਲਾਮਬੰਦੀ ਵਧਾਉਣੀ ਚਾਹੀਦੀ ਹੈ। ਇਹ ਲਾਮਬੰਦੀ ਵਧਾਉਂਦੇ ਹੋਏ ਮੁੱਦੇ ਉਭਾਰਦੇ ਹੋਏ ਕਿਸਾਨ ਸੰਘਰਸ਼ ਦੇ ਵਿੱਚ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਸੁਨੇਹਾ ਅਸੀਂ ਕੱਲ੍ਹ ਨੂੰ ਸਾਰੇ ਬਾਜ਼ਾਰਾਂ ਦੇ ਵਿੱਚ, ਸਾਰੇ ਮੁਹੱਲਿਆਂ ਦੇ ਵਿੱਚ ਲੈ ਕੇ ਜਾਵਾਂਗੇ ਕਿ ਸ਼ਹਿਰੀ ਖੇਤਰ ਜਿੱਥੇ ਦੁਕਾਨਾਂ ਬੰਦ ਕਰਨਗੇ ਸ਼ਹਿਰੀ ਸਾਡੇ ਦੁਕਾਨਦਾਰ, ਉਹ ਦੁਕਾਨਾਂ ਬੰਦ ਕਰਨ ਤੋਂ ਬਾਅਦ ਉਹ ਸਟਰਗਲ ਦੇ ਜਿਹੜਾ ਪੁਆਇੰਟ ਬਣਿਆ ਹੋਇਆ ਰਿਲਾਇੰਸ ਮਾਲ ਬਠਿੰਡੇ ਦੇ ਵਿੱਚ, ਉੱਥੇ ਆ ਕੇ ਵੀ ਆਪਣੀ ਹਾਜ਼ਰੀ ਜਿਹੜੀ ਉਹ ਦੇਣ ਅਤੇ ਸਟਰਗਲ ਦਾ ਹਿੱਸਾ। ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਜਿਹੜੀਆਂ ਇਹ ਪਾਲਿਸੀਆਂ ਲੈ ਕੇ ਆ ਰਹੀ ਹੈ ਸਰਕਾਰ, ਖੇਤੀ ਆਰਡੀਨੈਂਸ ਹੋਣ, ਚਾਹੇ ਉਹ ਬਿਜਲੀ ਐਕਟ ਹੋਵੇ, ਅਸੀਂ ਥਰਮਲ ਦੇ ਵਿੱਚ ਕੰਮ ਕਰਦੇ ਹਾਂ, ਬਿਜਲੀ ਨਾਲ ਸੰਬੰਧ ਕੰਮ ਕਰਦੇ ਹਾਂ, ਜਿੰਨੇ ਵੀ ਇਹ ਬਿਜਲੀ ਐਕਟ ਆ ਗਏ ਜਾਂ ਪ੍ਰਾਈਵੇਟ ਥਰਮਲ ਪਲਾਂਟ ਆ ਗਏ, ਇਹ ਸਾਰਾ ਜਾਣੀ ਸਾਡਾ ਝਾੜੂ ਸੌਦਾ ਗਾ ਇਹ, ਇਹਦੇ ਵਿੱਚ ਜਾਣੀ ਲੋਕਾਂ ਦਾ ਬਹੁਤ ਵੱਡੀ ਪੱਧਰ 'ਤੇ ਲੁੱਟ ਹੋਣੀ ਹੈਗੀ। ਸੋ ਅਸੀਂ ਇਸ ਦੇ ਖਿਲਾਫ ਹਾਂਗੇ, ਅਸੀਂ ਇਸ ਜਿਹੜਾ 8 ਤਰੀਕ ਦਾ ਭਾਰਤ ਬੰਦ ਦੇ ਵਿੱਚ ਪੂਰਾ ਸਹਿਯੋਗ ਕਰਾਂਗੇ ਬੰਦ ਦੇ ਵਿੱਚ, ਅਤੇ ਸ਼ਹਿਰ ਵਾਸੀਆਂ ਨੂੰ ਅਤੇ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਾਂਗੇ। ਅੱਜ ਅਸੀਂ ਸ਼ਹਿਰ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ, ਦੁਕਾਨਦਾਰਾਂ ਦੀਆਂ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ ਆ। ਇਸ ਮੀਟਿੰਗ ਦੇ ਵਿੱਚ ਜੋ ਕਿਸਾਨ ਜਥੇਬੰਦੀਆਂ ਵੱਲੋਂ 8 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਜਿਹੜਾ, ਉਸ ਸੱਦੇ ਦੀ ਹਮਾਇਤ ਦੇ ਵਿੱਚ ਅਸੀਂ 8 ਤਰੀਕ ਨੂੰ 11:30 ਵਜੇ ਰਿਲਾਇੰਸ ਮਾਲ ਦੇ ਸਾਹਮਣੇ ਜਿਹੜਾ ਬਠਿੰਡੇ ਦੇ ਵਿੱਚ ਆ, ਉੱਥੇ ਇਕੱਠੇ ਹੋ ਕੇ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡਾ ਸਲਾਬ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਬੰਦ ਦੀ ਅਪੀਲ ਕਰਾਂਗੇ ਅਤੇ ਉਹਨਾਂ 'ਤੇ ਸਹਿਯੋਗ ਦੀ ਮੰਗ ਕਰਾਂਗੇ। ਇਹਦੀ ਤਿਆਰੀ ਵਜੋਂ ਅਸੀਂ ਕੱਲ੍ਹ ਨੂੰ 7 ਤਰੀਕ ਨੂੰ ਕਲੋਨੀਆਂ ਦੇ ਵਿੱਚ, ਬਾਜ਼ਾਰ ਦੇ ਵਿੱਚ 8 ਦੇ ਬੰਦ ਦੇ ਸੱਦੇ ਦੀ ਆ ਜਿਹੜੀ ਇਹ ਅਨਾਊਂਸਮੈਂਟ ਅਤੇ ਲੀਫਲੈਟ ਆ ਜਿਹੜਾ ਅਸੀਂ ਦੁਕਾਨ 'ਤੇ ਘਰ ਘਰ ਅਸੀਂ ਲੀਫਲੈਟ ਵੀ ਵੰਡਣਾ। ਇਹਦੇ ਲਈ ਅਸੀਂ 4 ਟੀਮਾਂ ਤਿਆਰ ਕਰ ਲਈਆਂ। 7 ਤਰੀਕ ਨੂੰ ਅਸੀਂ ਲੀਫਲੈਟ ਰਾਹੀਂ 8 ਦੇ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਦੁਕਾਨਦਾਰ ਅਤੇ ਸ਼ਹਿਰੀ ਹਿੱਸੇ ਨੂੰ ਅਸੀਂ ਜ਼ੋਰਦਾਰ ਅਪੀਲ ਕਰਾਂਗੇ ਸਮਰਥਨ ਕਮੇਟੀ ਵੱਲੋਂ। ਬਠਿੰਡਾ ਸਰਗਰਮੀ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।